नहीं, मेरे मेरे जो वो अकड़ नहीं हैगी, मैं तो बड़ी सोबर बहू हाँ पर मेरी सास बहुत खराब है, कुपत्ती की स्यापा पै गया टैलीविजन का, पिछे पए ने सारे टैलीविजन देखण दे। शायद तुसी वो टाइम नहीं देखा जोड़ा असी देखा या टैलीविजन वाला, जदों टैलीविजन नवे नवे आए ही आए सी। अच्छा, होर महा रामायण तो सिर ढक के देखते सी कोटी आदे राज मैम जी टीवी दे करके तुहानू पई होवे जी मेरे बहुत बारी भैया कुटता, बहुत बारी कुट भी खाधी है उहदे पिछे, क्योंकि घरे कई बार बिना दसे चले जाना ते उथों चक के लियाउणा काफी कुछ हुंदा सीगा। इधर उधर गुआंढियां ने पुछिया कित्थे ने, उह कहिंदे इधर नूं जांदियां सी, जदों कुत्तां तों खिच लैंदियां फड़ के दोए चल फिर झाड़ू नाल कुट पई सी रड़के नाल। टेलीविजन इसी बचपन च देखन दिंदे ते जदों पता लगा पेरेंट्स नूं कि टेलीविजन ते काम करना है तो दुखी रहिया। सत श्री अकाल, तुसीं देख रहे हो प्रो पंजाब टीवी, मैं हाँ खुशी सरां ते अज जिन्हां दे नाल मैं तुहाडी सब दी मुलाकात करवाउण जा रही हां, उहनां नाल जदों भी मुलाकात हुंदी है तां बड़ी खुशी हुंदी है। उहनां ने अपनी जिंदगी दे विच बहुत मेहनत कीती, असीं हमेशा बड़े सारे सुपने देखदे हां पर कुछ सुपने साडे पूरे हो पाउंदे ने ते कुछ नहीं भी हो पाउंदे, पर उहनां दे सुपनिआं ने उडान भरी उहनां दे ਵਿਆਹ ਤੋਂ ਬਾਅਦ। ਸੋ ਜਿੱਥੇ ਅੱਜ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਅਪਕਮਿੰਗ ਪ੍ਰੋਜੈਕਟ ਨੂੰ ਲੈ ਕੇ ਗੱਲਬਾਤ ਕਰਾਂਗੇ, ਨਾਲ ਦੀ ਨਾਲ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਗੱਲ ਵੀ ਜ਼ਰੂਰ ਕਰਾਂਗੇ, ਕਿਉਂਕਿ ਮੈਨੂੰ ਪਤਾ ਹੈ ਕਿ ਆਡੀਅੰਸ ਹਮੇਸ਼ਾ ਆਪਣੇ ਮਨਪਸੰਦ ਜਿਹੜੇ ਉਹਨਾਂ ਦੇ ਸਿਤਾਰੇ ਨੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਾਣਨ ਦੇ ਲਈ ਕਾਫੀ ਜ਼ਿਆਦਾ ਐਕਸਾਈਟਡ ਰਹਿੰਦੀ ਹੈ। ਸੋ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਫਿਰ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ, ਅਤੇ ਮੈਨੂੰ ਲੱਗਦਾ ਕਿ ਤੁਸੀਂ ਸਾਰੇ ਸਮਝ ਗਏ ਕਿ ਕਿੰਨਾ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ। ਮੇਰੇ ਨਾਲ ਮੌਜੂਦ ਆ ਰਾਜ ਧਾਲੀਵਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਖੁਸ਼ੀ? ਬਹੁਤ ਵਧੀਆ, ਤੁਸੀਂ ਸੁਣਾਓ ਮੈਮ ਕੀ ਹਾਲ ਚਾਲ? ਮੈਨੂੰ ਜਦੋਂ ਵੀ ਤੁਹਾਡਾ ਮੁਲਾਕਾਤ ਹੁੰਦੀ ਹੈ ਨਾ, ਇੱਕ ਅਲੱਗ ਜਿਹੜੀ ਖੁਸ਼ੀ ਚੜ ਜਾਂਦੀ ਹੈ, ਮੇਰੀ ਖੁਸ਼ੀ ਡਬਲ ਹੋ ਜਾਂਦੀ ਹੈ। ਤੁਹਾਡੇ ਫੇਸ 'ਤੇ ਹਮੇਸ਼ਾ ਸਮਾਈਲ ਹੁੰਦੀ, ਤੁਸੀਂ ਹਮੇਸ਼ਾ ਖੁਸ਼ ਹੁੰਦੇ ਹੋ, ਮੈਨੂੰ ਬਹੁਤ ਵਧੀਆ ਚੀਜ਼ ਲੱਗਦੀ। ਅੱਜ ਮੇਰੀ ਸਿਹਤ ਥੋੜ੍ਹੀ ਜਿਹੀ ਡਾਊਨ ਹੈ, ਮੈਂ ਠੀਕ ਨਹੀਂ, ਬਟ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਖੁਸ਼ ਰਹਾਂ। ਫਿਰ ਵੀ ਤੁਸੀਂ ਮਤਲਬ ਕਿ ਬਹੁਤ ਅੱਛੇ ਲੱਗ ਰਹੇ ਹੋ, ਬਹੁਤ ਸੋਹਣੇ ਲੱਗ ਰਹੇ ਹੋ। ਓਕੇ, ਸੋ ਮੈਮ ਤੁਹਾਡੀ ਨਵੀਂ ਫਿਲਮ ਆ ਰਹੀ ਹੈ ਟੈਲੀਵਿਜ਼ਨ, ਕੀ ਸਿਆਪਾ ਪੈ ਗਿਆ ਟੈਲੀਵਿਜ਼ਨ ਦਾ, ਪਿੱਛੇ ਪਏ ਨੇ ਸਾਰੇ ਟੈਲੀਵਿਜ਼ਨ ਦੇਖਣ ਦੇ, ਉਹਦੇ ਬਾਰੇ ਦੱਸੋ ਕੀ ਇੰਨੇ ਜਿਹੜੇ ਆ ਲੋਕ ਅੱਗੇ ਪਿੱਛੇ ਦੌੜੇ ਫਿਰਦੇ ਨੇ? ਹਾਂਜੀ ਬਿਲਕੁਲ, ਸਾਡੀ 24 ਜੂਨ ਨੂੰ ਜਿਹੜੀ ਹੈ ਫਿਲਮ ਟੈਲੀਵਿਜ਼ਨ ਰਿਲੀਜ਼ ਹੋਣੀ ਆ, ਜਿਹਨੂੰ ਡਾਇਰੈਕਟ ਕੀਤਾ ਸੀਗਾ ਤਾਜ ਨੇ, ਅਤੇ ਇਹਦੇ ਵਿੱਚ ਗੁਰਪ੍ਰੀਤ ਘੁੱਗੀ ਜੀ, ਬੀ ਐੱਨ ਸ਼ਰਮਾ, ਸੀਮਾ ਕੌਸ਼ਲ, ਕੁਲਵਿੰਦਰ ਬਿੱਲਾ ਐਜ਼ ਮੇਨ ਲੀਡ ਹੀਰੋ, ਮੈਂਡੀ ਤੱਕਰ ਅਤੇ ਹਰਬੀ ਸੰਘਾ, ਕਾਫੀ ਪ੍ਰਕਾਸ਼ ਗਾਧੂ, ਕਾਫੀ ਸਾਰੇ ਮਤਲਬ ਸਟਾਰਰ, ਮਤਲਬ ਮਲਟੀ ਸਟਾਰਰ ਮੂਵੀ ਹੈਗੀ ਆ ਇਹ, ਅਤੇ ਬਹੁਤ ਸੋਹਣੀ ਇੱਕ ਕੰਸੈਪਟ ਨੂੰ ਲੈ ਕੇ, ਜਿਹੜਾ ਅਸੀਂ ਆਪਣੇ ਬਚਪਨ 'ਚ ਹੰਡਾਇਆ ਉਸ ਕੰਸੈਪਟ ਨੂੰ ਲੈ ਕੇ ਇਹ ਮੂਵੀ ਆ ਰਹੀ ਆ। ਅਤੇ ਸ਼ਾਇਦ ਤੁਸੀਂ ਉਹ ਟਾਈਮ ਨਹੀਂ ਦੇਖਿਆ ਜਿਹੜਾ ਅਸੀਂ ਦੇਖਿਆ ਆ ਟੈਲੀਵਿਜ਼ਨ ਵਾਲਾ, ਜਦੋਂ ਟੈਲੀਵਿਜ਼ਨ ਨਵੇਂ ਨਵੇਂ ਆਏ ਆਏ ਸੀ, ਉਸ ਚੀਜ਼ ਨੂੰ ਲੈ ਕੇ ਇਹ ਫਿਲਮ ਰੈਡੀ ਹੋਈ ਆ। ਜਦੋਂ ਤੁਹਾਡੇ ਕੋਲ ਇਹ ਫਿਲਮ ਆਈ ਸੀ ਤਾਂ ਸਭ ਤੋਂ ਪਹਿਲਾਂ ਕੀ ਆਇਆ ਸੀ ਮਾਇੰਡ ਵਿੱਚ? ਪੱਕਾ ਕੋਈ ਮੈਮਰੀ ਤਾਂ ਜ਼ਰੂਰ ਆਈ ਹੋਏਗੀ ਟੈਲੀਵਿਜ਼ਨ ਦਾ ਨਾਮ ਸੁਣ ਕੇ। ਬਿਲਕੁਲ, ਆਪਣੇ ਬਚਪਨ ਦੀਆਂ ਸਾਰੀਆਂ ਯਾਦਾਂ ਤਾਜ਼ਾ ਹੋਈਆਂ, ਜਦੋਂ ਮਤਲਬ ਅੰਮ੍ਰਿਤ ਚੱਡਾ ਸਰ ਦਾ ਮੈਨੂੰ ਫੋਨ ਆਇਆ ਸੀਗਾ, ਅਤੇ ਉਹਨਾਂ ਨੇ ਦੱਸਿਆ ਕਿ ਇੱਦਾਂ ਆਪਾਂ ਇੱਕ ਟੈਲੀਵਿਜ਼ਨ 'ਤੇ ਮੂਵੀ ਕਰ ਰਹੇ ਹਾਂ, ਉਹਦਾ ਟਾਈਟਲ ਟੈਲੀਵਿਜ਼ਨ ਹੈ, ਅਤੇ ਉਹ ਜਿਹੜਾ ਬਚਪਨ ਦੇ ਵਿੱਚ ਜਦੋਂ ਬਲੈਕ ਐਂਡ ਵਾਈਟ ਟੀਵੀ ਆਇਆ ਸੀ, ਉਸ ਚੀਜ਼ ਨੂੰ ਲੈ ਕੇ ਆਪਾਂ ਫਿਲਮ ਤਿਆਰ ਕਰ ਰਹੇ ਹਾਂ। ਅਤੇ ਜਦੋਂ ਮੈਂ ਆਪਣਾ ਕੈਰੈਕਟਰ ਪੁੱਛਿਆ ਸੀਗਾ ਤਾਂ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਤੁਹਾਡਾ ਨੌਂ ਦਾ ਕੈਰੈਕਟਰ ਹੈ, ਸੀਮਾ ਕੌਸ਼ਲ ਦੀ ਨੌਂ ਦਾ ਕੈਰੈਕਟਰ ਹੈ, ਅਤੇ ਗੁਰਪ੍ਰੀਤ ਘੁੱਗੀ ਜੀ ਦੇ ਅਪੋਜਿਟ ਮੇਰਾ ਹੈਗਾ ਕੈਰੈਕਟਰ, ਅਤੇ ਇਹ ਜਿਹੜਾ ਟੈਲੀਵਿਜ਼ਨ ਹੈ ਤੁਸੀਂ ਉਹ ਆਪਣੇ ਦਾਜ 'ਚ ਲੈ ਕੇ ਆਉਂਦੇ ਹੋ, ਸੋ ਉਹ ਜਿਹੜਾ ਟਾਈਟਲ ਹੈ ਉਹ ਮੈਂ ਆਪਣੇ ਦਾਜ 'ਚ ਲੈ ਕੇ ਆਈ ਹਾਂ। ਬੜੀ ਚੀਜ਼ ਹੁੰਦੀ ਸੀ ਜਦੋਂ ਕਿਸੇ ਦੇ ਘਰ ਵਿੱਚ ਕੋਈ ਟੀਵੀ ਆ ਜਾਣਾ ਤਾਂ ਨਾ ਸਾਰੇ ਮੁਹੱਲੇ ਨੇ ਇਕੱਠੇ ਹੋ ਜਾਣਾ, ਆਂਢ ਗੁਆਂਢ ਨੇ ਇਕੱਠੇ ਹੋ ਜਾਣਾ, ਕਈ ਤਰਲੇ ਵੀ ਕਰਨੇ ਬਚਪਨ ਦੇ ਵਿੱਚ ਸਾਨੂੰ ਕਿ ਇੱਕ ਸੀਰੀਅਲ ਦੇਖਣ ਦਿਓ, ਇੱਕ ਫਿਲਮ ਦੇਖਣ ਦਿਓ, ਕੁਛ ਉੱਦਾਂ ਦੀ ਮੈਮਰੀ ਯਾਦ ਹੈ ਕਿ ਹਾਂ ਆਸ ਪੜੋਸ ਕੋਈ ਇੱਕ ਟੀਵੀ ਆਇਆ ਹੋਵੇ, ਕਿਉਂਕਿ ਪੂਰਾ ਸਿਨੇਮਾ ਹਾਲ ਬਣ ਜਾਂਦਾ ਹੁੰਦਾ ਸੀ ਘਰ? ਬਿਲਕੁਲ ਬਿਲਕੁਲ, ਉਦੋਂ ਤਾਂ ਹੁੰਦਾ ਹੀ ਇੱਦਾਂ ਸੀਗਾ, ਸਾਡੇ ਵੀ ਮਤਲਬ ਕਜ਼ਨਸ ਦੇ ਘਰ ਆਇਆ ਸੀਗਾ ਟੈਲੀਵਿਜ਼ਨ, ਚਾਚਾ ਜੀ ਉਹਨਾਂ ਨੇ ਲਿਆਂਦਾ ਸੀ, ਅਤੇ ਉਹ ਆਹੀ ਸੀਗਾ ਜਿਹੜਾ ਲੱਕੜ ਦਾ ਬੰਦ ਹੋਣ ਵਾਲਾ ਟੀਵੀ ਸੀਗਾ, ਉਹਨੂੰ ਲੋਕ ਵੀ ਲੱਗਦਾ ਸੀ, ਅਤੇ ਦਾਦੀ ਸਾਡੀ ਲੋਕ ਲਗਾ ਦਿੰਦੀ ਹੁੰਦੀ ਸੀ ਉੱਧਰ, ਸਾਨੂੰ ਮਤਲਬ ਹੈਗਾ ਸੀਗਾ ਘਰ ਥੋੜ੍ਹਾ ਦੂਰ ਜਾਣਾ ਪੈਂਦਾ ਸੀ, 8-9 ਘਰ ਛੱਡ ਕੇ ਉਹਨਾਂ ਦਾ ਘਰ ਸੀਗਾ, ਅਤੇ ਉੱਥੇ ਜਾਣਾ ਪੈਂਦਾ ਸੀ, ਬਹੁਤ ਵਾਰੀ ਕੁੱਟ ਵੀ ਖਾਧੀ ਆ ਉਹਦੇ ਪਿੱਛੇ, ਕਿਉਂਕਿ ਘਰੇ ਕਈ ਵਾਰ ਬਿਨਾਂ ਦੱਸੇ ਚਲੇ ਜਾਣਾ ਅਤੇ ਉੱਥੋਂ ਚੱਕ ਕੇ ਲਿਆਉਣਾ, ਕਾਫੀ ਕੁਛ ਹੁੰਦਾ ਸੀਗਾ, ਅਤੇ ਇੱਕ ਚੀਜ਼ ਸੀਗੀ ਸਾਂਝ ਬਹੁਤ ਸੀਗੀ ਉਸ ਟਾਈਮ ਦੇ ਵਿੱਚ, ਟੀਵੀ ਆਇਆ
ਤਾਂ ਸਾਰੇ ਜਿਵੇਂ ਨਿਉਂਦੇ ਨਹੀਂ ਦਿੰਦੇ ਹੁੰਦੇ ਵੀ ਸਾਡੇ ਘਰੇ ਆਓ, ਸਾਡਾ ਟੈਲੀਵਿਜ਼ਨ ਦੇਖ ਕੇ ਜਾਓ, ਆਹ ਪ੍ਰੋਗਰਾਮ ਆਉਣਾ, ਮਹਾਭਾਰਤ ਆਉਣੀ, ਰਮਾਇਣ ਆਉਣੀ ਆ, ਅਤੇ ਸਾਰੇ ਅੱਛਾ ਹੋਰ ਮਹਾ ਰਮਾਇਣ ਤਾਂ ਸਿਰ ਢੱਕ ਕੇ ਦੇਖਦੇ ਸੀ ਨਾ ਉਹ ਚੀਜ਼। ਹਾਂ ਹਾਂ, ਅਤੇ ਜੇ ਕੋਈ ਸ਼ਬਦ ਕਈ ਵਾਰ ਗੁਰਬਾਣੀ ਚੱਲਦੀ ਤਾਂ ਵੀ ਸਿਰ ਢੱਕ ਕੇ, ਉਹ ਮਤਲਬ ਐਡਾ ਉਹ ਸੀਗਾ ਵੀ ਉਹ ਸਾਹਮਣੇ ਚੱਲ ਰਿਹਾ ਤਾਂ ਸਿਰ ਢੱਕ ਕੇ, ਇੱਦਾਂ ਦੇ ਸੀਗੇ ਮਤਲਬ। ਸਾਰੇ ਆਂਢ ਗੁਆਂਢ ਨੂੰ ਇਕੱਠਾ ਕਰਕੇ ਚਾਹ ਦੇਣੀ, ਸਾਰਾ ਕੁਛ ਹੋਣਾ, ਬੜਾ ਵਧੀਆ ਹੁੰਦਾ ਸੀਗਾ ਮਾਹੌਲ। ਸਾਰਿਆਂ ਨੇ ਨੀਚੇ ਬੈਠਣਾ, ਕੋਈ ਮੰਜੇ ਮੁੰਜੇ ਡਾਏ ਹੁੰਦੇ ਸੀ, ਵੱਡੇ ਉੱਤੇ ਬਹਿ ਜਾਂਦੇ ਸੀਗੇ, ਜਿਹੜੇ ਬੱਚੇ ਆ ਉਹ ਨੀਚੇ ਬੋਰੀਆਂ ਵਿਛਾ ਕੇ ਜਾਂ ਪੱਲੀਆਂ ਵਿਛਾ ਕੇ ਉਹਦੇ 'ਤੇ ਬਹਿੰਦੇ ਸੀਗੇ ਅਤੇ ਦੇਖਦੇ ਰਹਿੰਦੇ ਸੀ, ਅਤੇ ਬੜਾ ਵਧੀਆ ਮਾਹੌਲ ਸੀਗਾ। ਕੁੱਟੀ ਆਦੇ ਰਾਜ ਮੈਮ ਜਿਹੜੀ ਟੀਵੀ ਦੇ ਕਰਕੇ ਤੁਹਾਨੂੰ ਪਈ ਹੋਵੇ। ਹਾਂਜੀ, ਮੇਰੇ ਬਹੁਤ ਵਾਰੀ ਭਈਆ ਕੁੱਟ ਤਾਂ, ਇੱਕ ਮੈਂ ਦੱਸਦੀ ਹਾਂ, ਸਾਡੇ ਘਰ ਦੇ ਨੇੜੇ ਘਰ ਸੀਗਾ, ਅਸੀਂ ਦੁਪਹਿਰ ਸਿਖਰ ਦੁਪਹਿਰ ਜਦੋਂ ਸਾਰੇ ਸੌ ਜਾਂਦੇ ਸੀਗੇ, ਫਿਰ ਮੰਮੀ ਹੁਣੀ ਸੌ ਜਾਂਦੇ ਸੀ ਕੰਮ ਕੁੰਮ ਜੇ ਕਰਕੇ, ਜਦੋਂ ਫਿਰ ਅਸੀਂ ਪਹਿਲਾਂ ਦਰਵਾਜ਼ਾ ਖੋਲ੍ਹ ਕੇ ਰੱਖਦੇ ਸੀ, ਸਾਡੀ ਗਲੀ ਦੇ ਵਿੱਚ ਇੱਕ ਦਰਵਾਜ਼ਾ ਸੀਗਾ, ਉਹ ਦਰਵਾਜ਼ਾ ਖੋਲ੍ਹ ਕੇ ਇਸ ਕਰਕੇ ਰੱਖਦੇ ਸੀ ਕਿ ਜੇ ਉਹਨਾਂ ਦੇ ਸੁੱਤੇ ਖੋਲ੍ਹਿਆ ਤਾਂ ਆਵਾਜ਼ ਨਾਲ ਉਹਨਾਂ ਨੇ ਉੱਠ ਜਾਣਾ। ਪਹਿਲਾਂ ਖੋਲ੍ਹ ਕੇ ਆਉਣਾ, ਇੱਕ ਜਣੇ ਦੀ ਡਿਊਟੀ ਲੱਗੀ ਹੁੰਦੀ ਸੀ ਵੀ ਦਰਵਾਜ਼ਾ ਖੋਲ੍ਹ ਕੇ ਆਉਣਾ, ਫਿਰ ਉਹਨੂੰ ਖਿਸਕਾਉਣਾ, ਭੈਣ ਨੇ ਮੈਨੂੰ ਖਿਸਕਾਉਣਾ ਵੀ ਚੱਲ ਹੌਲੀ ਹੌਲੀ ਚੱਲ 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 ਚੱਲ, ਮੰਮੀ ਸੁੱਤੀ ਅਤੇ ਮੰਜਿਆਂ ਦੇ ਹੇਠੋਂ ਦੀ ਨਿਕਲ ਕੇ ਹੌਲੀ ਹੌਲੀ ਦਰਵਾਜ਼ਾ ਖੋਲ੍ਹ ਕੇ ਅਸੀਂ ਭੱਜ ਜਾਂਦੇ ਸੀਗੇ। ਬਹੁਤ ਵਾਰੀ ਇੱਦਾਂ ਹੋਇਆ ਕਿ ਅਸੀਂ ਸੀਰੀਅਲ ਦੇਖ ਆਏ, ਇੱਕ ਉਦੋਂ ਆਰਟ ਜੇ ਦਾ ਵੀ ਉਹਦੇ ਵਿੱਚ ਟੀ ਵੀ 'ਚ ਆਉਣਾ ਹੁੰਦਾ ਸੀ, ਪੇਪਰ ਕਟਿੰਗਸ ਵਗੈਰਾ, ਉਹ ਵੀ ਮੈਂ ਉੱਥੋਂ ਬਹੁਤ ਸਿੱਖੀਆਂ ਸੀਗੀਆਂ, ਬਹੁਤ ਸਿੱਖੀਆਂ ਸੀ, ਫਲਾਵਰ ਬਣਾਉਣੇ, ਪਤਾ ਨਹੀਂ ਕੀ ਕੀ, ਹੈ ਨਾ, ਉਹ ਵੀ ਉਹਨਾਂ ਦੇ ਘਰ ਹੀ ਸਿੱਖੀਆਂ ਸੀ ਜਿਹੜਾ ਗੁਆਂਢ ਦੇ ਵਿੱਚ ਟੀ ਵੀ ਸੀਗਾ। ਅਤੇ ਇੱਕ ਦਿਨ ਮੰਮੀ ਨੂੰ ਲੱਗਿਆ ਕਿ ਉਹ ਤਾਂ ਹੈ ਨਹੀਂ, ਫਿਰ ਇੱਧਰ ਉੱਧਰ ਗੁਆਂਢੀਆਂ ਦੇ ਪੁੱਛਿਆ ਕਿੱਥੇ ਨੇ, ਉਹ ਕਹਿੰਦੇ ਇੱਧਰ ਨੂੰ ਜਾਂਦੀਆਂ ਸੀ, ਜਦੋਂ ਗੁੱਤਾਂ ਤੋਂ ਖਿੱਚ ਲੈਂਦੀਆਂ ਫੜ ਕੇ ਦੋਏ, ਚੱਲ ਫਿਰ ਝਾੜੂ ਨਾਲ ਕੁੱਟ ਪਈ ਸੀ ਰੜਕਿਆਂ ਨਾਲ, ਟੀ ਵੀ ਦੇ ਕਰਕੇ ਝਾੜੂ ਨਾਲ ਹੋਇਆ ਕੁਟਾਪਾ ਸੁੱਚੀ। ਸੋ ਮੈਮ ਜਦੋਂ ਹੈ ਨਾ ਤੁਸੀਂ ਫਿਲਮ ਸ਼ੂਟ ਕਰ ਰਹੇ ਹੋਵੋਗੇ ਤਾਂ ਬੜੀਆਂ ਮੈਮਰੀਜ਼ ਮਾਇੰਡ ਦੇ ਵਿੱਚ ਆਉਂਦੀਆਂ ਨੇ, ਤਾਂ ਕੁਛ ਇੰਪਰੋਵਾਈਜ਼ ਵੀ ਕੀਤਾ, ਖੁਦ ਕ੍ਰੀਏਟ ਵੀ ਕੀਤਾ ਕਿ ਹਾਂ ਇਹ ਵੀ ਚੀਜ਼ ਰੀਅਲ ਸੀ, ਇਹ ਵੀ ਚੀਜ਼ ਰੀਅਲ ਸੀ, ਕੁਛ ਨਾ ਕੁਛ ਰੀਅਲ ਇੰਸੀਡੈਂਟਸ ਆਉਣਗੇ ਵਿੱਚ? ਸਾਰਾ ਹੀ ਕੁਛ ਰੀਅਲ ਹੈ, ਮਤਲਬ ਫਿਲਮ ਜਿਹੜੀ ਸੀ ਲਿਖੀ ਗਈ ਆ ਉਹ ਸਾਰਾ ਕੁਛ ਹੀ ਰੀਅਲ ਆ, ਉਹਦੇ ਵਿੱਚ ਸਾਰਾ ਉਹ ਹੋ ਚੁੱਕਿਆ ਸਾਡੇ ਨਾਲ, ਬਸ ਅਸੀਂ ਉਹਨੂੰ ਯਾਦ ਕਰਾਂਗੇ ਦੁਬਾਰਾ ਵੀ ਹਾਂ ਆਹ ਉਹ ਸਾਰੀਆਂ ਯਾਦਾਂ ਨੇ। ਹਾਂ, ਜਿਵੇਂ ਹੈ ਨਾ ਕੱਪੜੇ ਵੀ ਪੁਰਾਣੇ, ਉਹ ਮਾਹੌਲ ਵੀ ਪੁਰਾਣਾ, ਉਹ ਕ੍ਰੀਏਟ ਕਰਨਾ, ਘਰ ਵੀ ਉੱਦਾਂ ਦੇ ਬਿਲਕੁਲ, ਹੈ ਨਾ, ਉਹ ਮਤਲਬ ਕਿ 80 ਦੇ ਦਸ਼ਕ ਦੀ ਗੱਲ ਕਰੀਏ, ਉਹ ਵਾਲਾ ਮਾਹੌਲ ਦਿਖਾਇਆ ਜਾ ਰਿਹਾ ਆ। ਅਤੇ ਜਦੋਂ ਤੁਸੀਂ ਫਸਟ ਟਾਈਮ ਸੈੱਟ 'ਤੇ ਗਏ ਉਹ ਗੈਟਅਪ ਦੇ ਵਿੱਚ ਆਏ, ਤਾਂ ਉਹ ਕਿਵੇਂ ਦਾ ਮਹਿਸੂਸ ਕੀਤੀ ਚੀਜ਼, ਕਿਉਂਕਿ ਸਾਰਾ ਕੁਛ ਬਦਲ ਗਿਆ, ਉਹਨੂੰ ਮਿਸ ਕਰਦਿਆ ਉਹ ਚੀਜ਼ਾਂ ਨੂੰ ਕਿਤੇ ਨਾ ਕਿਤੇ? ਮੈਨੂੰ ਪਹਿਲਾਂ ਤਾਂ ਅੰਮ੍ਰਿਤ ਚੱਡਾ ਸਰ ਕਹਿੰਦੇ ਰਾਜ ਵੇਟ ਲੂਜ਼ ਕਰਨਾ ਪੈਣਾ, ਅਤੇ ਮੈਂ ਉਹਦੇ ਲਈ 1 ਮਹੀਨਾ ਮਤਲਬ ਸੈਲਡ ਵਗੈਰਾ 'ਤੇ ਹੀ ਮੈਂ ਥੋੜ੍ਹਾ ਜਿਹਾ ਲੂਜ਼ ਕੀਤਾ, ਹੈ ਨਾ, ਕਿਉਂਕਿ ਉਹ 'ਚ ਨਿਊਲੀ ਮੈਰਿਡ ਦਿਖਾਉਣਾ ਸੀਗਾ, ਅਤੇ ਉਹ ਕਹਿੰਦੇ ਫਿਰ ਥੋੜ੍ਹਾ ਲੱਗੇ ਵੀ ਹਾਂ ਨਿਊਲੀ ਮੈਰਿਡ, ਹੈ ਨਾ, ਅਤੇ ਫਿਰ ਮੈਂ ਥੋੜ੍ਹਾ ਜਿਹਾ ਲੂਜ਼ ਕੀਤਾ ਸੀਗਾ, ਅਤੇ ਵਧੀਆ ਚੂੜਾ ਚਾੜਾ ਪਾ ਕੇ ਐਨ ਵਿਆਹ ਵਾਲਾ ਫੀਲ ਸੀਗਾ ਸਾਰਾ, ਅਤੇ ਵਧੀਆ ਲੱਗ ਰਿਹਾ ਸੀ। ਇੱਕ ਤਾਂ ਨਿਊਲੀ ਮੈਰਿਡ ਸੀ, ਉੱਤੋਂ ਕੱਪੜੇ ਉੱਦਾਂ ਦੇ 80s ਦੇ ਕਢਾਈ ਵਾਲੇ, ਅਤੇ ਉੱਦਾਂ ਦੇ ਦੁਪੱਟੇ ਸਿਰ ਜਿਹਾ ਢੱਕ ਕੇ ਰੱਖਣਾ, ਉਹ ਸਾਰਾ ਬਹੁਤ ਵਧੀਆ ਸੀਗਾ। ਕਿਤੇ ਨਾ ਕਿਤੇ ਹੈ ਨਾ, ਜਿਵੇਂ ਤੁਸੀਂ ਦਾਜ ਦੇ ਵਿੱਚ ਟੀ ਵੀ ਲੈ ਕੇ ਆਉਂਦੇ ਹੋ ਫਿਲਮ ਦੇ ਵਿੱਚ, ਤਾਂ ਕੁੜੀਆਂ ਨੂੰ ਨਾ ਉਹ ਵੀ ਬੜਾ ਹੁੰਦਾ, ਮੈਂ ਲੈ ਕੇ ਆਈ ਹਾਂ, ਮੇਰੇ ਦਾਜ ਵਿੱਚ ਆਇਆ ਉਹ ਚੀਜ਼, ਕੋਈ ਉੱਦਾਂ ਦਾ ਰੋਹਬ ਨਜ਼ਰ ਆਏਗਾ? ਨਹੀਂ, ਮੇਰੇ 'ਚ ਉਹ ਆਕੜ ਨਹੀਂ ਹੈਗੀ, ਮੈਂ ਤਾਂ ਬੜੀ ਸੋਬਰ ਬਹੂ ਹਾਂ, ਪਰ ਮੇਰੀ ਸੱਸ ਬਹੁਤ ਖਰਾਬ ਹੈ, ਕੁਪੱਤੀ। ਮੈਂ ਸੁਣਿਆ ਜਿਹੜਾ ਵਿਚੋਲਾ ਹੈ ਨਾ ਫਿਲਮ ਦੇ ਵਿੱਚ, ਉਹ ਰਿਸ਼ਤੇ ਟੀ ਵੀ ਦੇ ਕਰਕੇ ਕਰਾ ਰਿਹਾ ਸਾਰਿਆਂ ਦੇ, ਕਿ ਟੀ ਵੀ ਹੈ ਉਹ ਦਾਜ ਦੇ ਵਿੱਚ? ਹਾਂਜੀ ਹਾਂ, ਬਿਲਕੁਲ ਬਿਲਕੁਲ, ਉਹਦੇ ਸੱਸ ਨੂੰ ਵੀ ਇਸ, ਸੱਸ ਨੇ ਨੂੰਹ ਤਾਂ ਦੇਖੀ ਨਹੀਂ ਹੈਗੀ, ਇਹ ਜ਼ਰੂਰ ਸੀਗਾ ਟੀ ਵੀ ਮਿਲਣਾ ਚਾਹੀਦਾ ਇਹਨੂੰ, ਚਾਹੇ ਕਾਣੀ ਹੋਵੇ, ਚਾਹੇ ਅੰਨੀ ਹੋਵੇ, ਚਾਹੇ ਕਾਲੀ ਹੋਵੇ, ਚੱਲ ਜੀ ਸਾਨੂੰ ਤਾਂ ਟੀ ਵੀ ਮਿਲਣਾ ਚਾਹੀਦਾ। ਤਾਂ ਇਹ ਵੀ ਚੀਜ਼ ਰਾਜ ਮੈਡਮ ਬੜੀ ਆ ਲੋਕਾਂ 'ਚ, ਕਿਹਾ ਜਿਨ੍ਹਾਂ ਨੂੰ ਕਿ ਦਾਜ ਆਵੇ ਦਾਜ ਆਵੇ, ਲੋਕ ਨਾ ਬਹੁਤ ਸਾਰੇ ਸਾਡੇ ਅਜੇ ਵੀ ਲੋਕਾਂ ਦੀ ਇੱਦਾਂ ਦੀ ਮੈਂਟੈਲਿਟੀ ਕਿਤੇ ਨਾ ਕਿਤੇ ਹੈ, ਸੋਚ ਲੋਕ ਰੱਖਦੇ ਨੇ, ਅੱਛਾ ਕੁੜੀ ਪੜ੍ਹੀ ਲਿਖੀ ਆ ਕਿ ਨਹੀਂ, ਸੋਹਣੀ ਆ ਕਿ ਨਹੀਂ, ਲੰਬੀ ਉੱਚੀ ਆ ਕਿ ਨਹੀਂ, ਉਹ ਸਾਈਡ 'ਤੇ ਦਾਜ 'ਚ ਕੀ ਆ ਰਿਹਾ ਆ, ਕੀ ਉਹ ਦੇਣਗੇ, ਗੱਡੀ ਦੇਣਗੇ, ਪੈਸਾ ਦੇਣਗੇ, ਲੋਕਾਂ ਦੀ ਸੋਚ ਨਹੀਂ ਬਦਲ ਰਹੀ, ਕਿਤੇ ਨਾ ਕਿਤੇ ਟਾਈਮ ਬਦਲੀ ਜਾ ਰਿਹਾ ਆ। ਬਿਲਕੁਲ ਨਹੀਂ, ਇਹ ਤਾਂ ਹੈਗਾ, ਬਟ ਮੈਂ ਆਪਣੀ ਜੇ ਗੱਲ ਕਰਾਂ ਤਾਂ ਮੈਂ 3 ਰੁਪਏ ਨੇ ਜਦੋਂ ਵਿਆਹ ਕਰਾਇਆ ਸੀ, ਅਸੀਂ ਕੋਈ ਦਾਜ ਨਹੀਂ ਲਿਆ, 3 ਰੁਪਏ ਨੇ ਮਨਾ ਕਰਤਾ ਸੀਗਾ ਕਿ ਕੁਛ ਨਹੀਂ ਆਉਣਾ ਚਾਹੀਦਾ, ਸੋ ਨਹੀਂ ਲਿਆ ਸੀਗਾ, ਅਤੇ ਬਹੁਤ ਘੱਟ ਫੈਮਿਲੀਜ਼ ਨੇ ਜਿਹੜੀਆਂ ਇੱਦਾਂ ਐਕਸੈਪਟ ਕਰਦੀਆਂ ਨੇ, ਅਤੇ ਕਈ ਵਾਰ ਉੱਥੇ ਸੁਣਨਾ ਵੀ ਪੈ ਜਾਂਦਾ, ਬਟ ਮੇਰੇ ਇਨ ਲੋਜ਼ ਦੇ ਵਿੱਚ ਵੀ ਇਹ ਸੀਗਾ ਕਿ ਕਿਸੇ ਨੇ ਸੁਣਾਇਆ ਨਹੀਂ ਇੱਦਾਂ।
ਗੁਰਪ੍ਰੀਤ ਸਰ ਦੇ ਹਨ ਆਪੋਜ਼ਿਟ ਤੁਸੀਂ ਇਸ ਫਿਲਮ ਦੇ ਵਿੱਚ, ਤਾਂ ਉਹਨਾਂ ਦੇ ਨਾਲ ਕੋਈ ਇਨਸੀਡੈਂਟ ਕੋਈ ਮੈਮਰੀ ਤੁਸੀਂ ਸ਼ੇਅਰ ਕਰ? ਓ ਮਾਈ ਗੋਡ, ਅਸੀਂ ਬਹੁਤ ਫਨ ਕੀਤਾ ਉੱਥੇ, ਸਾਨੂੰ ਮਤਲਬ ਕਿ ਉਹ ਫਿਲਮ ਨਹੀਂ ਭੁੱਲਦੀ, ਅਸੀਂ ਇੰਨਾ ਜ਼ਿਆਦਾ ਫਨ ਕੀਤਾ ਹੈ ਸਾਰਿਆਂ ਨੇ, ਇੱਕ ਇੱਕ ਗੱਲ ਨਾਲ ਯਾਦ ਜੁੜੀ ਹੋਈ ਆ ਉੱਥੇ ਦੀ, ਬੋਰੀਆਂ 'ਤੇ ਬੈਠਣਾ ਨੀਚੇ, ਹੈ ਨਾ, ਲਾਈਕ ਉਹ ਸਾਰਾ ਫਿਲਮ ਦੇਖਣੀ ਇਕੱਠੇ ਹੋ ਕੇ, ਮਤਲਬ ਉਹਦੇ ਵਿੱਚ ਨਾ ਸੀਮਾ ਕੌਸ਼ਲ ਮੈਮ ਨੇ ਸਾਨੂੰ ਘੁੱਗੀ ਸਾਨੂੰ ਵੀ ਕੁੱਟਣਾ, ਸੱਚੀ 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 ਕੁੱਟੇ ਸੀਗੇ, ਮਤਲਬ ਉਹ ਕਹਿੰਦੇ ਸੀ ਕੁਛ ਨਹੀਂ ਹੁੰਦਾ ਸੀਮਾ ਜੀ ਲਾ ਦਿਓ, ਉਹ ਫੀਲ ਮਤਲਬ ਬਹੁਤ ਵਧੀਆ ਸੀਗਾ, ਸੱਚੀ ਥੱਪੜ ਲਗਾਤਾ, ਕਹਿੰਦੇ ਕੋਈ ਸੱਚੀ ਲਗਾਤੇ ਸੀ, ਕਹਿੰਦੇ ਆਉਣ ਦਿਓ, ਬਹੁਤ ਫਨ ਕੀਤਾ ਸੀ ਅਸੀਂ। ਤਾਜ ਸਰ ਨਾਲ ਗੱਲ ਕਰ ਰਹੀ ਸੀ ਤਾਂ ਕਹਿ ਰਹੇ ਕਹਿੰਦੇ ਪੈਰੈਂਟ ਜੀ ਤਾਂ ਕੋਈ ਜਾਂਦਾ ਹੀ ਨਹੀਂ ਸੀ, ਸਾਰੇ ਰਹਿੰਦੇ ਸੈੱਟ ਦੇ, ਸੈੱਟ 'ਤੇ ਹੀ ਰਹਿੰਦੇ ਸੀਗੇ, ਸੱਚੀ ਮਤਲਬ ਉਹ ਜੋ ਅਸੀਂ ਕਰਦੇ ਸੀ ਉਹੀ ਫਿਲਮ ਸੀ, ਸਾਰਾ ਕੁਛ ਉਹੀ ਸੀਗਾ। ਕਾਫੀ ਕੁਛ ਜਿਹੜਾ ਆ ਉਹ ਫਿਲਮ ਵਿੱਚ ਕਾਫੀ ਇੰਟਰਸਟਿੰਗ ਚੀਜ਼ਾਂ ਜਿਹੜੀਆਂ ਡੈਫੀਨੇਟਲੀ ਦੇਖਣ ਨੂੰ ਮਿਲਣਗੀਆਂ। ਅਤੇ ਮੈਮ ਜੇ ਹੈ ਨਾ ਗੱਲ ਕਰੀਏ, ਕਾਫੀ ਟਾਈਮ ਬਾਅਦ ਫਿਲਮ ਰਿਲੀਜ਼ ਹੋਈ, ਕਾਫੀ ਟਾਈਮ ਪਹਿਲਾਂ ਬਣ ਗਈ ਸੀ ਲੋਕਡਾਊਨ ਦੇ ਕਰਕੇ, ਕਿਤੇ ਨਾ ਕਿਤੇ ਕਈ ਵਾਰੀ ਨਾ ਦਿਮਾਗ 'ਚ ਚੀਜ਼ਾਂ ਬੜੀਆਂ ਆਉਂਦੀਆਂ, ਮਿਹਨਤ ਕੀਤੀ ਹੁੰਦੀ ਹਾਈ ਕਦੋਂ ਕੁ ਰਿਲੀਜ਼ ਹੋਏਗੀ, ਕਦੋਂ ਕੁ ਰਿਲੀਜ਼ ਹੋਏਗੀ, ਜਦੋਂ ਤੁਹਾਨੂੰ ਪਤਾ ਲੱਗੇ ਕਿ ਹੁਣ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤਾਂ ਕਿੰਨੀ ਕੁ ਖੁਸ਼ੀ ਸੀ ਉਸਨ ਕਿ ਫਾਈਨਲੀ? ਬਹੁਤ ਖੁਸ਼ੀ ਹੋਈ, ਮੈਂ ਅਤੇ ਸੀਮਾ ਮੈਮ ਨਾ ਯੂਕੇ ਸੀਗੇ ਅਤੇ ਅਸੀਂ ਫਿਲਮ ਕਰਨ ਗਏ ਹੋਏ ਸੀ ਹਨੀਮੂਨ, ਅਤੇ ਇੱਥੇ ਇਹਨਾਂ ਨੇ ਪੋਸਟਰ ਪਾਤਾ, ਸਾਨੂੰ ਬੜੀ ਖੁਸ਼ੀ ਹੋਈ। ਪਰ ਜਦੋਂ ਮੈਂ ਟੈਗ ਦੇਖੇ, ਟੈਗ ਦੇ ਵਿੱਚ ਸਾਡਾ ਨਾਂ ਹੀ ਨਾ, ਮੈਂ ਸੀਮਾ ਦੀਦੀ ਨੂੰ ਕਿਹਾ ਦੀਦੀ ਤਾਜ ਨੇ ਆਪਣੇ ਨਾਂ ਆਪਾਂ ਨੂੰ ਟੈਗ ਹੀ ਨਹੀਂ ਕੀਤਾ, ਦੀਦੀ ਨੇ ਨਾਲ ਦੀ ਨਾਲ ਫੋਨ ਕੀਤਾ, ਤਾਜ ਨੂੰ ਮੈਸੇਜ ਕੀਤਾ, ਆਹ ਕੀ ਸਾਡਾ ਨਾਂ ਨਹੀਂ ਨਾ ਵਿਚਾਰਿਆਂ ਨੇ ਪਾ ਕੇ ਨਾਲ ਦੀ ਨਾਲ ਪਾਇਆ ਉਹਨਾਂ ਨੇ, ਨਹੀਂ ਮੈਂ ਕਰਤਾ ਟੈਗ, ਕਿ ਕਹਿੰਦਾ ਜੇ ਹੁਣ ਟਾਈਮ ਬਾਅਦ ਹੋ ਰਹੀ ਹੈ ਤੁਸੀਂ ਸਾਨੂੰ ਭੁੱਲ ਹੀ ਗਏ ਵੀ ਅਸੀਂ ਵੀ ਕੰਮ ਕੀਤਾ ਸੀਗਾ। ਅਤੇ ਮਤਲਬ ਸੱਚੀ ਦੱਸਾਂ ਤਾਂ ਉਦੋਂ ਬੜਾ ਸੀਗਾ ਕਿ ਸਾਡੀ ਫਿਲਮ ਆਈ ਸੀ ਪਰਾਉਣਾ, ਉਦੋਂ ਕੋਈ ਆਈ ਸੀ, ਉਸ ਤੋਂ ਉਹ ਬਿੱਲਾ ਜੀ ਦੀ ਸੀਗੀ ਅਤੇ ਕਾਫੀ ਵਧੀਆ ਸੁਪਰ ਹਿੱਟ ਫਿਲਮ ਸੀਗੀ, ਉਸ ਤੋਂ ਬਾਅਦ ਨਾਲ ਦੀ ਨਾਲ ਜੇ ਇਹ ਆਉਂਦੀ ਤਾਂ ਬਹੁਤ ਵਧੀਆ ਹੋਣਾ ਸੀਗਾ, ਅਤੇ ਡਿਲੇ ਹੋ ਗਿਆ, ਫਿਰ ਲੋਕਡਾਊਨ 2 ਸਾਲ ਇੱਦਾਂ ਹੀ ਲੰਘ ਗਏ, ਅਤੇ ਉਹਦੇ ਕਰਕੇ ਸਾਨੂੰ ਸਾਰਿਆਂ ਨੂੰ ਸੀਗਾ ਪਤਾ ਨਹੀਂ ਹੁਣ ਰਿਲੀਜ਼ ਕਰਨਗੇ ਨਹੀਂ ਕਰਨਗੇ ਕੀ ਆ, ਹੁਣ ਹੁਣ ਤਾਂ ਭੁੱਲ ਜੇ ਵੀ ਗਏ ਸੀਗੇ ਕਿ ਉਹ ਬਣੀ ਪਈ ਆ, ਹੈ ਨਾ, ਅਤੇ ਜਦੋਂ ਅਚਾਨਕ ਹੀ ਭੁੱਲ ਗਿਆ ਸੀ, ਅਚਾਨਕ ਹੀ ਜਦੋਂ ਦੇਖਿਆ ਪੋਸਟਰ, ਵਾਹ ਖਿੜ ਗਏ ਅਸੀਂ, ਪਰ ਵਧੀਆ ਲੱਗਿਆ। ਟੀ ਵੀ ਆ ਰਿਹਾ ਸਿਨੇਮਾ ਘਰਾਂ ਦੇ ਵਿੱਚ 24 ਜੂਨ, ਸਿਨੇਮਿਆਂ ਦੇ ਵਿੱਚ ਟੈਲੀਵਿਜ਼ਨ, ਪਹਿਲੇ ਅਸੀਂ ਪੰਜਾਬੀ ਬੋਲਾਂਗੇ ਟੈਲੀਵਿਜ਼ਨ। ਅੱਛਾ ਜੀ ਮੈਮ, ਜਿਵੇਂ ਨਾ ਮੈਂ ਆਪਣੇ ਆਡੀਅੰਸ ਨੂੰ ਕਿਹਾ ਕਿ ਬੜੇ ਸਾਰੇ ਆਪਾਂ ਸੁਪਨੇ ਦੇਖਦੇ ਹਾਂ, ਪਰ ਸੁਪਨੇ ਕੁਛ ਸਾਕਾਰ ਹੁੰਦੇ, ਕੁਛ ਨਹੀਂ ਹੁੰਦੇ, ਕੁਛ ਮੇਰੇ ਵੀ ਰਹਿ ਗਏ ਹੋਣਗੇ, ਪਰ ਤੁਹਾਡੇ ਸੁਪਨਿਆਂ ਨੂੰ ਖੰਭ ਲੱਗੇ ਵਿਆਹ ਤੋਂ ਬਾਅਦ, ਹਮੇਸ਼ਾ ਗੱਲ ਹੁੰਦੀ ਤੁਹਾਡੇ ਨਾਲ, ਮੈਂ ਹਮੇਸ਼ਾ ਚੀਜ਼ ਜ਼ਰੂਰ ਪੁੱਛਦੀ ਹਾਂ ਕਿਉਂਕਿ ਬਹੁਤ ਘੱਟ ਹੁੰਦੀ ਹੈ ਇਹ ਚੀਜ਼, ਜਿੱਥੇ ਅਸੀਂ ਵਿਆਹ ਤੋਂ ਬਾਅਦ ਆਪਣੇ ਸੁਪਨੇ ਮਾਰ ਲੈਂਦੇ, ਬਸ ਘਰੇ ਆ ਹੁਣ ਤਾਂ ਰੋਟੀ ਪਾਣੀ ਪਕਾਉਣਾ, ਤੁਹਾਡੀ ਸ਼ੁਰੂਆਤ ਹੀ ਵਿਆਹ ਤੋਂ ਬਾਅਦ ਹੋਈ ਜੋ ਆਪਣੇ ਆਪ ਵਿੱਚ ਇੱਕ ਬੜੀ ਵੱਡੀ ਚੀਜ਼ ਆ। ਹਾਂ ਬਸ ਇਹਦੇ ਵਿੱਚ ਇਹ ਹੈ ਕਿ ਸਾਰਾ ਜਿਹੜਾ ਸਿਹਰਾ ਮੈਂ ਨਿਰਭੈ ਧਾਲੀਵਾਲ ਨੂੰ ਹੀ ਦਊਂਗੀ, ਕਿਉਂਕਿ ਉਹਨਾਂ ਨੇ ਮੈਨੂੰ ਉੱਡਣਾ ਸਿਖਾਇਆ ਆ, ਹੁਣ ਮਤਲਬ ਮੈਨੂੰ ਬੜੀ ਸਪੋਰਟ ਹੈ ਘਰੋਂ ਸਾਰਿਆਂ ਤੋਂ, ਇਨ ਲੋਜ਼ ਤੋਂ, ਫੈਮਿਲੀ ਤੋਂ ਵੀ, ਹੁਣ ਆਪਣੀ ਫੈਮਿਲੀ ਤੋਂ ਵੀ, ਨਿਰਭੈ ਤੋਂ ਬਹੁਤ ਜ਼ਿਆਦਾ ਸਪੋਰਟ ਹੈ, ਸੋ ਮੈਂ ਉਹਨਾਂ ਕਰਕੇ ਹੀ ਭੱਜੀ ਫਿਰਦੀ ਹਾਂ। ਟੈਲੀਵਿਜ਼ਨ ਨਹੀਂ ਸੀ ਬਚਪਨ 'ਚ ਦੇਖਣ ਦਿੰਦੇ, ਅਤੇ ਜਦੋਂ ਪਤਾ ਲੱਗਾ ਪੇਰੈਂਟਸ ਨੂੰ ਕਿ ਟੈਲੀਵਿਜ਼ਨ 'ਤੇ ਕੰਮ ਕਰਨਾ ਹੈ, ਤਦੋਂ ਕੀ ਰਿਹਾ? ਉਦੋਂ ਪਾਪਾ ਉਹਨਾਂ ਨੂੰ ਤਾਂ ਸੀਗਾ ਕਿ ਨਹੀਂ ਕਰਨਾ, ਉਹਨਾਂ ਦੀ ਤਾਂ ਮੈਂਟੈਲਿਟੀ ਉੱਦਾਂ ਦੀ ਹੈ ਨਾ, ਕਿਉਂਕਿ ਪਹਿਲੇ ਟਾਈਮ ਦੀ ਹੈਗੀ ਆ, ਬਟ ਹੁਣ ਜਦੋਂ ਮੇਰੇ ਹਸਬੈਂਡ ਮੈਨੂੰ ਕਰਵਾ ਰਹੇ ਨੇ, ਅਤੇ ਹੁਣ ਉਹਨਾਂ ਨੂੰ ਪਤਾ ਲੱਗਿਆ ਕਿ ਹਾਂ ਇਹ ਵੀ ਇੱਕ ਕਿੱਤਾ ਹੈ ਨਾ, ਪ੍ਰੋਫੈਸ਼ਨ ਹੈ, ਤਾਂ ਹੁਣ ਵਧੀਆ ਲੱਗਦਾ ਸਭ ਨੂੰ। ਮੈਂ ਨਾ ਜਿੰਨੇ ਵੀ ਆਰਟਿਸਟ ਨਾਲ ਗੱਲ ਕੀਤੀ, ਮੈਨੂੰ 2-3 ਕੁਐਸਚਨਸ ਇੰਡਸਟਰੀ ਨੂੰ ਲੈ ਕੇ ਜ਼ਰੂਰ ਲੈ ਰਹੀਆਂ, ਇਸ 'ਤੇ ਮੈਂ ਜ਼ਰੂਰ ਜਾਣ ਰਹੀਆਂ ਚੀਜ਼ਾਂ ਦੇ ਬਾਰੇ। ਇੱਕ ਚੀਜ਼ ਬੜੀ ਹੋ ਰਹੀ ਆ ਸਾਡੀ ਇੰਡਸਟਰੀ ਵਿੱਚ, ਜਾਂ ਕਹੀਏ ਚਾਹੇ ਪਹਿਲਾਂ ਤੋਂ ਹੋ ਰਹੀ ਆ, ਜਾਂ ਆਰਟਿਸਟ ਨੂੰ ਖੁੱਲ੍ਹ ਕੇ ਉਹਨਾਂ ਨੇ ਬੋਲਣਾ ਸਟਾਰਟ ਕਰਤਾ ਆ ਕਿ ਕਰੈਕਟਰ ਦੇ ਵਿੱਚ ਕਿਤੇ ਨਾ ਕਿਤੇ ਸਾਈਨ ਕਰ ਲਿਆ ਜਾਂਦਾ ਆ, ਪਰ ਕਰੈਕਟਰ ਦੇ ਵਿੱਚੋਂ ਰਿਪਲੇਸ ਕਰ ਦਿੱਤਾ ਜਾਂਦਾ, ਪਤਾ ਹੀ ਨਹੀਂ ਲੱਗਦਾ। ਮੇਰੀ ਥੋੜ੍ਹੇ ਟਾਈਮ ਪਹਿਲਾਂ ਹੀ ਕੁਛ ਆਰਟਿਸਟਾਂ ਦੇ ਨਾਲ ਗੱਲ ਹੋਈ, ਕਹਿੰਦੇ ਇੱਥੋਂ ਤੱਕ ਕਿ ਸਾਨੂੰ ਐਡਵਾਂਸ ਪੇਮੈਂਟ ਵੀ ਆਈ ਹੋਈ ਸੀ, ਬਟ ਸਾਨੂੰ ਕੁਝ ਦਿਨਾਂ ਬਾਅਦ ਪਤਾ ਲੱਗ ਰਿਹਾ ਕਿ ਫਿਲਮ ਦਾ ਤਾਂ ਸ਼ੂਟ ਵੀ ਸਟਾਰਟ ਹੋ ਗਿਆ। ਤੁਸੀਂ ਮੈਮ ਇੱਦਾਂ ਦਾ ਕੁਛ ਫੇਸ ਕੀਤਾ ਆਪਣੀ ਜਰਨੀ ਦੇ ਦੌਰਾਨ? 1-2 ਵਾਰੀ ਹੋਇਆ, 1-2 ਵਾਰੀ ਹੋਇਆ, ਜ਼ਿਆਦਾ ਨਹੀਂ। ਕਦੀ ਫਿਰ ਦੁਬਾਰਾ ਗੱਲ ਕੀਤੀ ਉਹਨਾਂ ਦੇ ਨਾਲ, ਚੀਜ਼ ਕਿਉਂ? ਮੈਂ ਨਹੀਂ ਕੀਤੀ, ਹੋ ਸਕਦਾ ਉਹਨਾਂ ਨੂੰ ਮੈਂ ਨਹੀਂ ਚਾਹੀਦੀ, ਉਹਨਾਂ ਨੂੰ ਹੋਰ ਕੋਈ ਕਰੈਕਟਰ ਮਤਲਬ ਆਰਟਿਸਟ ਚਾਹੀਦਾ ਹੋਵੇ। ਠੀਕ ਹੈ, ਜਿਸ ਤੁਸੀਂ ਇੱਕ ਚੀਜ਼ ਫੀਲ ਕਰਦੇ ਹੋ ਇੰਡਸਟਰੀ 'ਚ, ਮਤਲਬ ਕਿ ਜਿਸ ਕਰੈਕਟਰ ਦੇ ਲਈ ਜਿਹੜਾ ਆਰਟਿਸਟ ਪਰਫੈਕਟ ਉਹਨੂੰ ਹੀ ਚੂਜ਼ ਕੀਤਾ ਜਾਂਦਾ, ਕਿ ਜਾਂ ਕਿਤੇ ਨਾ ਕਿਤੇ ਸਾਡੀ ਇੰਡਸਟਰੀ 'ਚ ਬਹੁਤ ਸਾਰੇ ਆਰਟਿਸਟਾਂ ਦੇ ਕਰੈਕਟਰਸ ਨਾਲ ਕੰਪਰੋਮਾਈਜ਼ ਕਰ ਲੈਂਦੇ ਨੇ, ਅੱਛਾ ਠੀਕ ਹੈ ਡਿਮਾਂਡ ਤਾਂ ਕਰੈਕਟਰ ਦੀ ਇਹ ਇੱਦਾਂ ਦਾ ਆਰਟਿਸਟ ਚਾਹੀਦਾ, ਪਰ ਕੋਈ ਸਿਫਾਰਿਸ਼ 'ਤੇ ਆ ਗਿਆ ਚਲੋ ਇਹਨੂੰ ਲੈ ਲਓ ਅਤੇ ਕਰਵਾ ਲਓ, ਚੱਲਦਾ ਹੋਣਾ। ਵੈਸੇ ਮੈਨੂੰ ਹੁਣ ਇਹਦੇ ਬਾਰੇ ਮੈਂ ਕੀ ਬੋਲ ਸਕਦੀ ਹਾਂ, ਹੈ ਨਾ, ਚੱਲਦਾ ਹੋਊਗਾ ਕਿਤੇ, ਬਟ ਮੈਂ ਜਿਹੜੇ ਪ੍ਰੋਡਕਸ਼ਨ ਹਾਊਸ ਨਾਲ ਮਤਲਬ ਕਈਆਂ ਨਾਲ ਮੈਂ ਕੰਮ ਕੀਤਾ, ਉੱਥੇ ਮੈਨੂੰ ਚੰਗੇ ਇਨਸਾਨ ਹੀ ਮਿਲੇ ਨੇ, ਵਧੀਆ ਨੇ। ਹੁਣ ਗਿੱਪੀ ਭਾਅ ਜੀ ਕਦੇ ਕੰਪਰੋਮਾਈਜ਼ ਨਹੀਂ ਕਰਦੇ ਕਿਸੇ ਆਰਟਿਸਟ ਨਾਲ ਕਿ ਇਹਨੂੰ ਨਹੀਂ, ਉਹ ਜੋ ਚਾਹੇ ਉਹਨਾਂ ਦੇ ਆਡੀਸ਼ਨ ਦੇ ਥਰੂ ਬੰਦਾ ਉਹਨਾਂ ਨੂੰ ਲੱਗਿਆ ਹੋਵੇ ਕਿ ਇਹ ਚੰਗਾ ਕਰ ਰਿਹਾ, ਤਾਂ ਉਹਨਾਂ ਨੇ ਉਹੀ ਲੈਣਾ।
सो असी टैलीविजन नूं लै के होर भी गलबात करदे हाँ क्योंकि किते ना किते जिहड़ी एक्साइटमेंट लोकां विच काफ़ी बनी हुई आ। सो एक चीज़ आपां है ना जिवें देख रहे हैं बहुत सारे सौग आते हैं बहुत सारिया फिल्मां आदियां ने तो हमेशा कोशिश होंगी कि कुछ ना कुछ अलग करिए। तुसीं हुण राजमन किन्ने क चूज़ी हो गए चीज़ों चूज़ करन दे विच? हाँ मैं थोड़ा मतलब मैंने यह होंगे भी कुछ डिफरेंट हो कुछ करन हो यही ना हो प्रेजेंस है पहला तो चलो शुरू शुरू से तो यह होंगे भी बंदा चलो कर लेंदा है ना भी चाहे एक सीन है दो सीन है प्रेजेंस है कर लेंदा बट हुण जदों यह लगता कि हाँ सानू जिहड़ा अंदरला मन है वह भी तो मन्ने है ना आर्टिस्ट मन भी तो मन्ने है ना उन्हों भी तो कुछ करन हो सो इदा हैगा कि कुछ करन जे मिले तो वधिया हुण कलीजोटा फिल्म आनी उहदे विच मैं प्रोफेसर दा लाइब्रेरियन दा करैक्टर कीता मैनूं वधिया लग्गिया लाइक काफ़ी सारियां यार मेरा तितलियां वर्गा आनी आ फिल्म गिप्पी भाजी उहनां दी उहदे विच मैनूं करन नूं बहुत कुछ मिलिया ते मैं खुश हाँ उस चीज़ नूं करके कि मैनूं इन्ना काम करन नूं उहदे विच मिलिया। ईवन गिप्पी भाजी ने भी मैनूं कहा कि थोड़ा मैनूं काम अच्छा लग्या अजे उहनां ने रफ कट देखिया अजे सारा कुछ उहदा पिया डबिंग वगैरह है ना सो मैनूं खुशी हुई जो उन्होंने कहा मैं क्योंकि उहदे विच सीगा कुछ करन होना चाहिए ना। ड्रीम रोल है कि हाँ इदां दा करैक्टर जो तुहाडा ड्रीम है मैनूं इदां दा करैक्टर जरूर मिले? नहीं है तो बंदे दे हुंदे ही आ ना दस दो कि देख के अगला सोच ही लवे कि हाँ राज मैडम दी ये ड्रीम रोल पूरा करना है जिदा मैं हुण ए तां नहीं वो चलो प्रिंस प्रिंस कंवलजीत ने जिदा कीते आ है ना मतलब वो मेल दे विच लाइक फीमेल दे विच जिदा उन्हां नूं मौका मिल गया है ना करन दा इदां कोई मौका मिलना चाहिए करन नूं तो बहुत कुछ मन च सर देख लो वार्निंग टू बनानी स्टार्ट करती कि करनी अजे वार्निंग टू बन गई चलो अगे मतलब कुछ उदा दा जरूर करना चाहते ने हाँ बिल्कुल बिल्कुल ठीक है मैम ज़्यादा टाइम नहीं लेंगे क्योंकि मैम की तबीयत अच्छी ठीक नहीं है तुम जाते जाते टैलीविजन फिल्म लैके ऑडियंस में की कहना चाहो? हाँ जी 24 जून में साड़ी फिल्म रिलीज़ हो रही है जी टैलीविजन सो जरूर देखियो थोनों अपने बचपन दी यादा ताज़ा होनगियां जेड़े बच्चों ने वो टैलीविजन नहीं देखिया उन्होंने देखने को मिल जाना तो उन्होंने वो सारी मतलब जिहड़ियां उन्होंने पेरेंट्स दी मैमरीज़ ने वो उत्थों उन्होंने कर सकते हैं कैच कितने यादा जिहड़ियां ने बचपन दियां चाहे पेरेंट्स सही जरूर ताज़ा होणगे तो महसूस करांगे कि हाँ वो माहौल किवें दा सी। सो थैंक यू सो मच राज मैम कि टाइम देने लई गलबात करन तां तुहाडे नाल हमेशा ही गल करके बहुत वधिया लगदा थैंक यू सो मच। थैंक यू सेम हीयर। सो ए सन मेरे नाल पंजाबी कलाकार राज धालीवाल जी जिन्हां दे नाल असीं गलबात कीती उन्हां दी फिल्म टैलीविजन नूं लै के। सो तुसीं इस फिल्म नूं देखण दे लई किन्ने क ज़्यादा एक्साइटेड हो कमेंट करो तो अपनी राय दसो हाल लेटेस्ट अपडेट नूं चैनल दे देखते रहो प्रो पंजाब टीवी।